ਜਦੋਂ ਤੁਸੀਂ ਕੋਈ MLA ਚੁਣਨਾ ਹੋਵੇ ਤਾਂ ਤੁਸੀਂ MLA ਮਾੜਾ ਨਿਕਲਿਆ ਹੋਵੇ, ਤੁਹਾਡੀਆਂ ਉਮੀਦਾਂ 'ਤੇ ਪੂਰਾ ਨਾ ਉਤਰੇ, ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ, ਹੁਣ 65 ਪਿੰਡ ਪੈਂਦੇ ਨੇ, ਕੀ ਪਤਾ ਯਾਰ ਕਿੱਥੋਂ ਦਾ ਸੀ, ਅਸੀਂ ਤਾਂ ਯਾਰ ਪਾਰਟੀ ਦੇ ਮਗਰ ਲੱਗ ਕੇ ਵੋਟ ਪਾਤੀ, ਅਸੀਂ ਤਾਂ ਯਾਰ ਫਲਾਨੇ ਮਾਸਟਰ ਦੇ ਮਗਰ ਲੱਗ ਕੇ ਵੋਟ ਪਾਤੀ, ਫਲਾਨੇ ਦੇ ਫੁੱਫੜ ਮਗਰ ਲੱਗ ਕੇ ਵੋਟ ਪਾਤੀ, ਬੰਦੇ ਨੂੰ ਜਾਣਦੇ ਨਹੀਂ, ਅਗਲੀ ਵਾਰ ਇਹ ਗਲਤੀ ਨਹੀਂ ਕਰਦੀ। ਜੇ ਕੋਈ MP ਖੜਾ ਹੋਵੇ, ਸਾਡੇ 800 ਪਿੰਡ ਹੁੰਦੇ ਫਿਰ, ਨਾਲ ਸ਼ਹਿਰ ਵੀ ਹੁੰਦੇ, ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀਗਾ, ਕੀ ਪਤਾ ਕਿੱਥੋਂ ਦਾ ਸੀ, ਕੀ ਕੀਤਾ ਹੋਇਆ, ਕਿਹਨੇ ਪਾਰਟੀ ਨੇ ਟਿਕਟ ਦਿੱਤੀ, ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ, ਝੰਡਾ ਚੱਕ ਲਿਆ ਯਾਰ, ਕੀ ਪਤਾ ਇਹੋ ਜਿਹਾ ਨਿਕਲੂਗਾ, ਮੁੜ ਕੇ ਆਇਆ ਨਹੀਂ ਯਾਰ, ਵੋਟਾਂ ਮਿਲ ਐਂ ਕਹਿੰਦਾ ਸੀ। ਤੁਸੀਂ ਬਿਲਕੁਲ ਸਹੀ ਹੋ ਉਹਦੇ 'ਚ, ਤੁਸੀਂ ਉਸ ਬੰਦਿਆਂ ਨੂੰ ਜਾਣ ਦਿੰਦੇ, ਪਰ ਜਦੋਂ ਸਰਪੰਚੀ ਅਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜਾ ਇਹਨੂੰ ਜਾਣਦੇ ਸੀ, ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲ ਰਹਿੰਦਾ ਜਿਹਨੂੰ ਤੁਸੀਂ ਸਰਪੰਚ ਚੁਣਨਾ, ਉਹਦਾ ਖਾਣ ਪੀਣ ਰਹਿਣ ਤੁਹਾਡੀਆਂ ਅੱਖਾਂ ਸਾਹਮਣੇ ਹੁੰਦਾ ਜਿਹਨੂੰ ਮੈਂਬਰ ਚੁਣਨਾ। ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ, ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋ ਗਈ ਵੀ ਤੁਸੀਂ ਤਾਂ ਜਾਣਦੇ ਸੀ ਯਾਰ, ਹੋ ਸਕਦਾ ਮੈਂ ਨਾ ਜਾਣਦਾ ਹੋਵਾਂ, ਮੈਂ ਪਿੰਡ 'ਚ ਆਇਆ, ਮੈਂ ਘੱਟ ਆਉਣਾ ਪਿੰਡ 'ਚ, ਮੇਰੀ ਜ਼ਿੰਮੇਵਾਰੀ ਵੱਧ ਗਈ, ਪਰਮਾਤਮਾ ਨੇ ਹੋਰ ਕਿਤੇ ਲਾ ਦਿੱਤੀ, ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ 'ਚ ਕੀ, ਪਰ ਇੱਥੇ ਤਾਂ ਆਪਾਂ ਨੂੰ ਸਾਰੇ ਘਰਾਂ ਦਾ ਪਤਾ ਕਿਹਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ, ਕਿੰਨੇ ਵਜੇ ਬੰਦ ਹੁੰਦੀ ਹੈ, ਕਿੰਨੇ ਕੁ ਵਜੇ ਠੀਕ ਹੋ ਜਾਂਦੇ ਨੇ ਉਹ, ਕਿੰਨੇ ਕੁ ਵਜੇ ਥਾਣੇ ਜਾਂਦੇ ਨੇ, ਕਿੰਨੇ ਕੁ ਵਜੇ ਥਾਣੇ ਉਹ ਮੁੜੇ ਆਉਂਦੇ, ਸਾਰਾ ਤਾਂ ਪਤਾ ਆਪਾਂ ਨੂੰ। ਫਿਰ ਆ ਚੁਣਨ ਵੇਲੇ ਤਾਂ ਘੱਟੋ ਘੱਟ ਤੁਸੀਂ ਸਿਆਣਪ ਦਿਖਾਓ ਨਾ, ਮੈਂ ਬੇਨਤੀ ਕਰਨੀ ਆ, ਵੈਸੇ ਵੋਟਾਂ ਪਾਉਣੀਆਂ ਵੋਟਾਂ ਪਾਓ, ਵੋਟਾਂ ਪਾਉਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ, ਹੱਕ ਹੈ ਆਪਣਾ, ਬਾਬਾ ਸਾਹਿਬ ਭੀਮ ਸਿੰਘ ਅੰਬੇਦਕਰ ਨੇ ਲੈ ਕੇ ਦਿੱਤਾ ਹੋਇਆ, ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ, ਕੱਲ੍ਹ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ, ਸਾਰਾ ਪਿੰਡ ਬੈਠਾ ਹੈ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮਾਵਾਂ ਭੈਣਾਂ ਵੀ ਬਹੁਤ ਵੱਡੀ ਗਿਣਤੀ 'ਚ ਆਈਆਂ ਨੇ, ਕਿਉਂਕਿ ਸਰਪੰਚੀ ਦੇ ਅਤੇ ਮੈਂਬਰੀ ਦੇ ਅਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲ੍ਹਿਆਂ 'ਤੇ ਹੁੰਦਾ, ਤਾਂ ਚੁੱਲ੍ਹਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ, ਪਿੰਡ 'ਚ ਕਿੰਨੇ ਪੈਸੇ ਆਉਣੇ ਨੇ, ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ, ਪਿੰਡ 'ਚ ਦਿਹਾੜੀ ਕਿੰਨੀ ਕਰਨੀ ਹੈ, ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ, ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ। ਅਤੇ ਜੇ ਪੰਚਾਇਤ ਹੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ 'ਤੇ ਪਰਚੇ ਕਰਾ ਕੇ ਚੁਣ ਲਈ, ਫਿਰ ਕਾਹਦੀ ਭਾਈਚਾਰੇ ਦੀ ਉਮੀਦ ਕਰਾਂਗੇ ਆਪਾਂ। ਮੈਂ ਕਿਸੇ ਪੰਜਾਬ 'ਚ 13,000 ਤੋਂ ਵੱਧ ਵੋਟਾਂ ਨੇ ਪਿੰਡ ਨੇ 13,000 ਤੋਂ ਵੱਧ ਵੋਟਾਂ ਪੈਣਗੀਆਂ 15 ਤਰੀਕ। ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਪਾਓ, ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਓ, ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਤੇ, ਬਾਬੇ ਰਮਾਣੇ ਵਾਲੀਬਾਲ ਖੇਡੀ ਹੈ, ਉਦੋਂ ਜੰਡ ਹੁੰਦੇ ਸੀ, ਪੀਲ ਪਲਾਮਣ ਵੀ ਖੇਡੀ ਹੈ, ਮੈਸਾਂ ਚਾਰੀਆਂ ਹੋਈਆਂ ਨੇ, ਆ ਨਾਲੇ ਵਿੱਚ ਦੀ ਲੰਘੇ ਹੋਏ ਹਾਂ, ਇੱਕ ਦੂਜੇ ਨਾਲ ਪਿਆਰ ਹੈ, ਇੱਕ ਦੂਜੇ ਨਾਲ ਪੜ੍ਹੇ ਹੋਏ ਹਾਂ, ਐਸੇ ਸਕੂਲ 'ਚ ਕਰਮਜੀਤ ਬੈਠਾ,
ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਛ ਨਹੀਂ ਹੈਗਾ। ਤੁਹਾਡੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦੇ ਦਿੱਤਾ, ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ, ਇਸ ਤੋਂ ਬਾਅਦ ਹੋਰ ਕਿਹੜੀ ਪੱਤੀ ਚਾਹੀਦੀ? ਮੈਂ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ, ਇੱਥੇ ਬਜ਼ੁਰਗ ਬੈਠੇ ਹੋਣੇ, ਕਈਆਂ ਦੇ ਯਾਦ ਵੀ ਹੋਣਾ, ਵੀ ਇਹੋ ਜਿਹਾ ਕੁਛ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ, ਆਉਂਦੇ ਨੇ ਨਾ ਫਿਰ ਜਾਂ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ, ਵੀ ਆਹ ਪਿੰਡ ਹੈ ਯਾਰ ਇਹਨਾਂ ਨੇ ਕੀਤਾ ਕੰਮ, ਇਹ ਉਹ ਮੇਰਾ ਕੰਮ ਨਹੀਂ, ਕੰਮ ਤੁਸੀਂ ਕੀਤਾ। ਮੈਂ ਅਜੇ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਬਣ ਵਾਲੀ ਆ, ਰਹਿੰਦਾ ਮੈਂ ਹੋਰ ਮਾਵਾਂ 'ਚ, ਰਹਿੰਦਾ ਮੈਂ ਨਰੇਗਾ ਵਾਲੀਆਂ 'ਚ, ਰਹਿੰਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ 'ਤੇ। ਮੇਰੀ ਮਾਂ ਤਾਂ ਸੁਖੀ ਹੈ, ਵਧੀਆ ਰੋਟੀ ਖਾਂਦੀ ਆ ਦੋਨੇ ਟਾਈਮ, ਟੈਲੀਵਿਜ਼ਨ ਆ ਉਹਦੇ ਕੋਲ, ਪੱਖਾ ਚੱਲਦਾ, ਏ ਸੀ ਚੱਲਦਾ। ਬਹੁਤ ਸਾਰੀਆਂ ਮਾਵਾਂ ਨੇ ਜਿਹਨਾਂ ਕੋਲ ਪੱਖਾ ਨਹੀਂ ਹੈਗਾ, ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਪੱਕੂ ਵੀ ਜਾਂ ਨਾ, ਮੈਨੂੰ ਉਹਨਾਂ ਦਾ ਫਿਕਰ ਹੈ। ਉਹ ਮੈਥੋਂ ਉਮੀਦ ਕਰਦੀਆਂ ਨੇ ਕਿ ਜਿਹੜਾ ਇਹ ਚੁਣਿਆ ਨਵਾਂ ਮੁੰਡਾ, ਇਹ ਸਾਡਾ ਕੁਛ ਕਰੂਗਾ, ਸਾਨੂੰ ਨੌਕਰੀ ਦੇਊਗਾ, ਸਾਡੇ ਘਰ ਦੀ ਕਮੀਜ਼ਦਾਰੀ ਲਈ ਤਾਂ ਚੜ ਜੂਗੀ। ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ, ਮਾਵਾਂ ਮਿਲਣ ਵੀ ਆਉਂਦੀਆਂ ਨੇ। ਤੁਸੀਂ ਮੁੰਡੇ ਪੜ੍ਹੇ ਲਿਖੇ ਹੋ, ਤੁਸੀਂ ਉੱਥੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਹੈ, ਉਹਨਾਂ ਨੇ ਤਾਂ ਕਰਨਾ ਹੀ ਕਰਨਾ। ਹੁਣ ਜਿਹਨੂੰ ਕੁਛ ਨਹੀਂ ਮਿਲਿਆ ਤਾਂ ਜਿਹਨਾਂ ਦੀ ਆਪਾਂ ਗੱਡੀ ਲੀਹ ਤੋਂ ਲਾਹ ਤੀ, ਬਈ ਉਹ ਹੁਣ ਟਿੱਕ ਕੇ ਥੋੜ੍ਹੀ ਬਹਿਣਗੇ। ਹੁਣ ਜੇ ਸੱਪ ਵੀ ਮਾਰੀਏ, ਜਿੰਨਾ ਮਰਜ਼ੀ ਸਿਰ ਵਾਲੇ ਪਾਸੇ ਉੱਟ ਲਈਏ, ਅੱਧਾ ਘੰਟਾ ਪੂਛ ਤਾਂ ਹਿੱਲੀ ਜਾਂਦੀ ਰਹਿੰਦੀ ਹੈ, ਅਤੇ ਹੁਣ ਪੂਛ ਤਾਂ ਹਿੱਲੂ ਉਹਨਾਂ ਦੀ, ਹੁਣ ਕੀ ਕਰੀਏ? ਸਿਰ ਤਾਂ ਕੁੱਟਦੇ ਤੁਸੀਂ, ਸਿਰ ਤਾਂ ਕੁੱਟਦੇ ਕਰੀ ਜਾਣ ਦਿਓ, ਪ੍ਰਵਾਹ ਨਾ ਕਰਿਆ ਕਰੋ ਇਹੋ ਜਿਹੀ ਗੱਲਾਂ ਦੀ। ਐਂ ਤਾਂ ਫਿਰ ਜੇ ਆਪਣੇ ਹਾਥੀ ਆਉਂਦੇ, ਹੁਣ ਤਾਂ ਮੈਨੂੰ ਲੱਗਦਾ ਨਹੀਂ ਮੈਂ ਕਦੇ ਦੇਖਿਆ, ਆਪਣੇ ਪਿੰਡ ਪਹਿਲਾਂ ਹਾਥੀ ਆਉਂਦੇ ਹੁੰਦੇ ਸੀ, ਪੰਡਿਤ ਹਾਥੀ ਲੈ ਕੇ ਆਉਂਦੇ ਸੀ, ਕੁੱਤੇ ਭੌਂਕਦੇ ਸੀ, ਹਾਥੀ ਨੂੰ ਫਰਕ ਪੈਂਦਾ ਸੀ? ਉਹ ਤੁਰਿਆ ਜਾਂਦਾ ਸੀ, ਉਹ ਬਲਕਿ ਕੁੱਤਿਆਂ ਨੂੰ ਪੈਂਦਾ ਸੀ, ਕਿਉਂਕਿ ਜਦੋਂ ਹਾਥੀ ਦੂਜੀ ਗਲੀ 'ਚ ਵੜ ਜਾਂਦਾ ਸੀ, ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ, ਉਹ ਮੁੜ ਜਾਂਦੇ ਸੀ, ਹਾਂ ਹੁਣ ਦੂਜੇ ਕੁੱਤੇ ਆ ਗਏ, ਇਹਨੂੰ ਭਾਲ ਦੇਣਗੇ, ਨਹੀਂ ਤਾਂ। ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇਧਰਲੀ ਗਲੀ ਦੇ ਨੇ ਜਾਂ ਉਧਰਲੀ ਗਲੀ ਦੇ ਨੇ, ਹਾਥੀ ਤੁਰਿਆ ਜਾਂਦਾ ਉਹਦੀ ਮਸਤੀ 'ਚ। ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ, ਕੌਣ ਹਾਲਾਤ ਦੂਗਾ ਮਾਂ ਦਾ ਲਾਲ? ਤੁਹਾਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਨੂੰ, 1 ਰੁਪਈਏ ਦਾ ਲੱਗਿਆ ਲਾ ਲਾ, ਇੱਕ ਰੁਪਈਏ ਦਾ ਨਹੀਂ ਤਾਂ ਮੈਂ ਇੱਥੇ ਸਾਰੇ ਪਿੰਡ ਦੀ ਜ਼ਮੀਨ ਖਰੀਦ ਲੈਂਦਾ, ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ। ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ, ਕਹਿੰਦੇ ਤੇਰਾ ਪੜਦਾਦਾ ਹੁੰਦਾ ਸੀ ਬਿਸ਼ਨਾ ਬਿਸ਼ਨ ਸਿੰਘ, ਆਪਣੇ ਪਿੰਡ ਕਾਲ ਪੈ ਗਿਆ, ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ 2 ਘਰਾਂ ਕੋਲ ਹੁੰਦੀ ਸੀ, ਇੱਕ ਪੰਡਤਾਂ ਕੋਲ, ਵਿਕਰ ਪੰਡਤ ਹੋਰੀ ਜਿਹੜੇ ਆਪਣੇ, ਇੱਕ ਸਾਡੇ ਕੋਲ ਕੋਈ ਵਾਲਿਆਂ ਕੋਲ, ਗਹਿਣੇ ਹੁੰਦੀ ਸੀ ਪਰ ਰਜਿਸਟਰੀ ਨਹੀਂ ਹੁੰਦੀ। ਤਾਂ ਸਾਡੀ ਸਭਾ 'ਚ ਛੋਲੇ ਪੈ ਗਏ, ਜਦੋਂ ਕਾਲ ਪੈ ਗਿਆ ਤਾਂ ਵਿਛਨੇ ਦਾਦੇ ਨੇ ਪੜਦਾਦੇ ਨੇ ਮੈਨੂੰ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲਏ, ਕੋਈ ਜ਼ਮੀਨ ਦੀ ਰਜਿਸਟਰੀ ਕਰਾਉਣ ਦੀ ਲੋੜ ਨਹੀਂ, ਚੱਕ ਲਏ। ਪੁਰਾਣੇ ਬਜ਼ੁਰਗ ਬੈਠੇ ਸ਼ਾਇਦ ਇਹਨਾਂ ਨੂੰ ਪਤਾ ਹੋਊਗਾ, ਮੈਨੂੰ ਤਾਂ ਪਤਾ ਨਹੀਂ। ਲੋਕਾਂ ਦੀ ਸੇਵਾ ਹੀ ਉਸ ਤੋਂ ਵੱਡੀ ਤਾਂ ਕੋਈ, ਸ਼ਾਇਦ ਉਸੇ ਪੜਦਾਦੇ ਦਾ ਹੀ ਪੁੰਨ ਖੱਟਿਆ ਹੋਇਆ ਮੈਂ ਖਾ ਰਿਹਾ, ਵੀ ਐਡੀ ਵੱਡੀ ਪੁਜੀਸ਼ਨ 'ਤੇ ਪਹੁੰਚਾਤਾ ਮੈਨੂੰ। ਸੋ ਮੈਂ ਤੁਹਾਨੂੰ ਇਹ ਕਹਿਣਾ, ਹਰੀਆ ਖੜਾ, ਗੁਲਾਬ ਖੜਾ, ਮੰਗਾ ਖੜਾ, ਸਾਰੇ ਆਹ ਮੁੰਡੇ ਅਮਰੀਕ ਖੜਾ, ਸਾਰੇ ਮੇਰੇ ਦੋਸਤ ਮਿੱਤਰ ਮੇਰੇ ਨਾਲ ਖੇਡੇ ਆ, ਕੋਈ ਖੇਡਿਆ, ਕੋਈ ਇਹਨੂੰ ਖੇਡਣਾ ਨਹੀਂ ਆਉਂਦਾ ਸੀ, ਕਿਸੇ ਨਾਲ
ਝੜੱਪਾਂ ਵੀ ਹੋਈਆਂ ਨੇ, ਕਿਸੇ ਤੋਂ ਕੁੱਟ ਖਾਧੀ ਵੀ ਹੈ, ਕਿਸੇ ਦੇ ਲਾਈਆਂ ਵੀ ਨੇ ਚਾਰ। ਇਹ ਤਾਂ ਫਿਰ ਬਚਪਨ ਹੈ ਨਾ ਮਾਲਵੇ ਦਾ, ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ। ਸੋ ਇਸ ਕਰਕੇ ਮੈਂ ਕਹਿਣਾ ਕਿ ਅੱਜ ਤੁਹਾਡੇ ਕੋਲ ਮੌਕਾ ਹੈ ਕਿ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ 'ਤੇ ਸਹਿਮਤੀ ਬਣਦੀ ਹੈ ਅਤੇ ਮੈਂਬਰਾਂ 'ਤੇ ਸਹਿਮਤੀ ਬਣਦੀ, ਸਾਰੇ ਆਪਣੇ ਪਿੰਡ ਦੇ ਮੋਤਬਾਰ ਨੇ, ਸਾਰੇ ਹੀ ਮੋਤਬਾਰ ਨੇ, ਪੰਚਾਇਤ ਬਣਾਓ। 5 ਲੱਖ ਰੁਪਏ ਤਾਂ ਵੈਸੇ ਹੀ ਨਾਮ ਹੈ ਗੌਰਮੈਂਟ ਵੱਲੋਂ, ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੀ ਮੰਗ ਕੋਈ ਰਹਿ ਹੀ ਨਹੀਂ ਸਕਦੀ, ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿ ਨਹੀਂ ਦਿੰਦਾ। ਜੋ ਵੀ ਪਿੰਡ 'ਚ ਆਊਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ, ਕਿਉਂਕਿ ਮੈਂ ਮੁੱਖ ਮੰਤਰੀ ਕੱਲੇ ਸਤੌਜ ਦਾ ਨਹੀਂ ਹੈਗਾ, ਮੈਂ ਸਾਰੇ ਪੰਜਾਬ ਦਾ ਹੀ ਹਾਂ। ਤਾਂ ਮੈਂ ਮੇਰੇ ਕੋਲ ਹੁਣ ਤੱਕ 200-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਆ ਗਈ ਜਿਨ੍ਹਾਂ ਨੇ ਸਹਿਮਤੀ ਕਰ, ਅੱਜ ਸੀਚੇਵਾਲ ਪਿੰਡ ਦੀ ਆਈ ਹੈ, 5ਵੀਂ ਵਾਰ ਸਹਿਮਤੀ ਹੋਈ, ਜਿਹੜਾ ਸੰਤ ਬਾਬਾ ਸੀਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਜੀ, ਉਹਨਾਂ ਦੇ ਪਿੰਡ 5ਵੀਂ ਵਾਰ ਸਹਿਮਤੀ ਹੋਈ ਹੈ, ਇੱਕੋ ਸਰਪੰਚ ਸੀ ਉਹ ਬੰਦਾ 5ਵੀਂ ਵਾਰ ਬਣੇ, ਇਹਦਾ ਮਤਲਬ ਪਿੰਡ 'ਚ ਇੱਕ ਹੈ, ਉਹ ਪਿੰਡ ਤਰੱਕੀ ਕਰ ਜਾਂਦੇ ਆ। ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ, ਜੇ ਪੈਸਾ ਲੱਗ ਗਿਆ ਤਾਂ ਆਪਣੀ ਹੇਠੀ ਹੈ, ਫਿਰ ਨਹੀਂ ਪਿੰਡ ਤਰੱਕੀ ਕਰ ਸਕਦਾ। ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ, ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ, ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ। ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ, ਇਹ ਵੀ ਦੇਖ ਲਿਓ। ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ MLA ਕੋਲ, ਮੰਤਰੀ ਕੋਲ ਜਾਂ ਸਰਪੰਚ ਕੋਲ ਜਾਓਗੇ ਕਿ ਆਹ ਕੰਮ ਹੈ, ਉਹ ਕਹੂਗਾ ਜੀ 10,000 ਰੁਪਏ ਲੱਗੂ, ਤੁਸੀਂ ਕਹੋਗੇ ਜੀ ਇਹ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ, ਉਹ ਕਹੂਗਾ ਜੀ ਜੋ ਤੁਹਾਡਾ ਉਦੋਂ ਵੋਟਾਂ ਮਿਲੇ ਰੇਟ ਸੀ ਉਦੋਂ ਤੁਹਾਨੂੰ ਦਿੱਤਾ ਸੀ, ਹੁਣ ਜਿਹੜਾ ਸਾਡਾ ਰੇਟ ਆ ਉਹ ਹੁਣ ਤੁਹਾਨੂੰ ਦੇਣਾ ਪੈਣਾ, ਕੀ ਬੋਲੋਗੇ ਜੀ? ਉੱਥੇ ਨੀਵੀਂ ਪਾ ਕੇ ਮੁੜਿਆ ਹੋਊਗੇ ਨਾ। ਇਸ ਕਰਕੇ ਵੋਟ ਨੂੰ ਐਂ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ, ਚੱਲ ਫੜਾ ਦੇ ਇਹਨੂੰ, ਫੜਾ ਦੇ ਮਾਮੇ ਨੂੰ, ਫੜਾ ਦੇ ਮਾਸਰ ਨੂੰ, ਫੜਾ ਦੇ। ਚੰਗੇ ਬੰਦੇ ਚੁਣ ਲਓਗੇ, ਪੀੜ੍ਹੀਆਂ ਬਦਲ ਜਾਣਗੀਆਂ, ਆਹ ਗਰੀਬੀ ਚੱਕੀ ਜਾਊਗੀ ਘਰਾਂ 'ਚੋਂ। ਜਿੰਨੇ ਮਰਜ਼ੀ ਹਰੇ ਕਾਰਡ, ਲਾਲ ਕਾਰਡ, ਨੀਲੇ ਕਾਰਡ, ਪੀਲੇ ਕਾਰਡ ਬਣਾ ਲਓ, ਗਰੀਬੀਆਂ ਨਹੀਂ ਚੱਕੀ ਜਾਣੀਆਂ। ਗਰੀਬੀਆਂ ਉਦੋਂ ਚੱਕੀਆਂ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ PhD ਕਰਨਗੇ, LLB ਕਰਨਗੇ, IIT ਕਰਕੇ 2-2 ਲੱਖ ਰੁਪਏ ਦੀਆਂ ਤਨਖਾਹਾਂ 'ਤੇ ਜਦੋਂ ਨੌਕਰੀਆਂ ਲੱਗਣਗੀਆਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ।